ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀੜੀ ਚੈਨਲ ਅੱਜ ਦੀ ਵੀਡੀਓ ਥੰਬਨੇਲ ਲੈ ਕੇ ਸਮਝੇ ਕਿ ਹੋਵੋਗੇ ਗੱਲਬਾਤ ਕਿਹੜਾ ਪਤੀ ਕਰਨ ਜਾ ਰਹੇ ਹਾਂ ਕਾਫੀ ਬੱਚਿਆਂ ਦੇ ਮੈਸੇਜ ਕੁਐਸਚਨਸ ਆਉਂਦੇ ਪਏ ਸੀਗੇ ਵੀ ਕਾਫੀ ਪ੍ਰੋਬਲਮ ਆ ਕਾਫੀ ਕਨਫਿਊਜ਼ਨ ਆ ਵੀ ਐਗਜ਼ਾਮ ਦੇ ਵਿੱਚ ਸਪੀਡ ਕਿੱਦਾਂ ਦੀ ਆਉਂਦੀ ਪਈ ਹੈ ਐਗਜ਼ਾਮ 'ਚ ਐਕਸੈਂਟ ਕਿੱਦਾਂ ਆਉਂਦਾ ਪਿਆ ਵਾ ਬਹੁਤ ਮੈਸੇਜ ਆਉਂਦੇ ਪਏ ਸੀ ਬਹੁਤ ਕੁਐਸਚਨਸ ਆਉਂਦੇ ਪਏ ਸੀਗੇ ਵੀ 2023 ਨਵੰਬਰ ਮੰਥ ਦੇ ਵਿੱਚ ਲਿਸਨਿੰਗ ਦੇ ਵਿੱਚ ਇਦਾਂ ਦੀ ਸਪੀਡ ਆ ਜਾਂਦੀ ਹੈ ਸਰ ਰਿਪੀਟ ਸੈਂਟੈਂਸ ਦੀ ਸਪੀਡ ਇਦਾਂ ਦੀ ਆ ਗਈ ਲਿਸਨਿੰਗ ਦੇ ਪਾਰਟਸ ਦੀ ਸਪੀਡ ਇਦਾਂ ਦੀ ਆ ਗਈ ਸਾਨੂੰ ਸਮਝ ਹੀ ਕੁਝ ਨਹੀਂ ਆਉਂਦਾ ਇੰਨੀ ਸਪੀਡ ਦੀ ਨਹੀਂ ਆਉਂਦੀ ਆ ਐਕਸੈਂਟ ਇਦਾਂ ਦਾ ਆਉਂਦਾ ਬਹੁਤ ਗੰਦਾ ਐਕਸੈਂਟ ਆਉਂਦਾ ਵਾ ਸਾਡੇ ਮਾਰਕਸ ਐਕਸੈਂਟ ਕਰਕੇ ਨਹੀਂ ਆ ਰਹੇਗੇ ਬਹੁਤ ਬੱਚੇ ਇਦਾਂ ਦੇ ਨਵੰਬਰ ਮੰਥ ਦੇ ਵਿੱਚ ਮੈਨੂੰ ਮਿਲੇ ਆ ਜਿਹੜੇ ਬੱਚੇ ਕਹਿੰਦੇ ਪਏ ਸੀ ਕਿ ਸਿਰਫ ਐਕਸੈਂਟ ਕਰਕੇ ਸਪੀਡ ਕਰਕੇ ਸਾਡੇ ਐਗਜ਼ਾਮ ਦੇ ਵਿੱਚੋਂ ਨੰਬਰ ਨਹੀਂ ਆਏ ਅਸੀਂ ਕਿੱਥੋਂ ਪ੍ਰੈਕਟਿਸ ਕਰੀਏ ਕਿਹੜੀ ਸਪੀਡ ਤੋਂ ਪ੍ਰੈਕਟਿਸ ਕਰੀਏ ਕਿਹੜੇ ਐਕਸੈਂਟ ਦੀ ਪ੍ਰੈਕਟਿਸ ਕਰੀਏ ਜੋ ਅਸੀਂ ਆਪਣੇ ਐਗਜ਼ਾਮ ਦੇ ਵਿੱਚੋਂ ਡਿਜ਼ਾਇਰ ਸਕੋਰਿੰਗ ਜਿਹੜੀ ਨੂੰ ਪ੍ਰਾਪਤ ਕਰੀਏ ਸਭ ਤੋਂ ਪਹਿਲੀ ਗੱਲ ਆ ਸਪੀਡ ਦੀ ਜਿਹੜੇ ਬੱਚੇ ਸਪੀਡ ਦਾ ਮੈਨੂੰ ਕੁਐਸਚਨ ਰੱਖਦੇ ਆ ਕਾਫੀ ਬੱਚਿਆਂ ਜਿਹਨੂੰ ਮੈਂ ਪੁੱਛਾਂ ਵੀ ਕਿਹੜੀ ਸਪੀਡ ਤੋਂ ਪ੍ਰੈਕਟਿਸ ਕਰਦੇ ਹੋ ਬੱਚਿਆਂ ਨੇ ਕਹਿਣਾ ਵੀ ਸਰ ਅਸੀਂ 1.2 ਦੀ ਸਪੀਡ ਤੋਂ ਪ੍ਰੈਕਟਿਸ ਕਰਦੇ ਆ 1.5 ਤੱਕ ਦੀ ਸਪੀਡ ਤੋਂ ਪ੍ਰੈਕਟਿਸ ਕਰ ਲੈਂਦੇ ਆ ਪਰ ਕਿਤੇ ਨਾ ਕਿਤੇ ਚੀਜ਼ ਗਲਤ ਵੀ ਆ ਕਿਉਂਕਿ ਜੇ ਤੁਸੀਂ 1.2 ਦੀ ਕਰਦੇ ਹੋ ਵਧੀਆ ਗੱਲ ਆ 1.5 ਦੀ ਕਰਦੇ ਹੋ ਉਹ ਵੀ ਵਧੀਆ ਗੱਲ ਆ ਬਟ 0.8 ਦੀ ਸਪੀਡ ਬਹੁਤ ਘੱਟ ਬੱਚਿਆਂ ਦਾ ਧਿਆਨ ਜਾਂਦਾ ਵਾ 0.8 ਦੀ ਸਪੀਡ ਦੇ ਵੱਲ ਜੋ 0.8 ਦੀ ਸਪੀਡ ਐਗਜ਼ਾਮ ਚ ਆਉਂਦੀ ਆ ਨਾ ਰਿਪੀਟ ਸੈਂਟੈਂਸ ਦੇ ਵਿੱਚ 0.8 ਦੀ ਸਪੀਡ ਨਵੰਬਰ ਮੰਥ ਦੇ ਵਿੱਚ ਬਹੁਤ ਆਉਂਦੀ ਪਈ ਆ ਡਿਕਟੇਸ਼ਨਾਂ ਦੇ ਵਿੱਚ 0.8 ਦੀ ਸਪੀਡ ਬਹੁਤ ਆਉਂਦੀ ਪਈ ਆ 0.8 ਦੀ ਸਪੀਡ ਕੀ ਹੁੰਦੀ ਆ ਨਾ ਤਾਂ 0.8 ਦੀ ਸਪੀਡ ਨੂੰ ਤੇਜ਼ ਕਿਹਾ ਜਾ ਸਕਦਾ ਵਾ ਨਾ ਹੀ 0.8 ਦੀ ਸਪੀਡ ਨੂੰ ਹੌਲੀ ਕਿਹਾ ਜਾ ਸਕਦਾ ਵਾ ਉਹ ਇੱਕ ਮੋਡਰੇਟ ਸਪੀਡ ਹੁੰਦੀ ਆ ਇੱਕ ਮੋਡਰੇਟ ਪੇਸ ਦੇ ਵਿੱਚ ਬੋਲਦਾ ਵਾ ਉਹ ਸਾਰੀ ਲਾਈਨ ਦਾ ਜਿਹੜੀ 10 ਅੱਖਰ ਦੀ ਲਾਈਨ ਆ ਉਹ 20 ਅੱਖਰ ਦੀ ਲੱਗਣ ਲੱਗ ਗਈ ਉਹਦੀ ਇੰਨੀ ਲੰਬੀ ਖਿੱਚ ਕੇ ਲੈ ਜਾਂਦਾ ਵਾ ਸੋ ਨਿੱਕਾ ਜਿਹਾ ਰਿਪੀਟ ਸੈਂਟੈਂਸ ਵੀ ਤੁਹਾਨੂੰ ਲੈਂਥੀ ਲੱਗਣ ਲੱਗ ਪੈਣਾ ਵਾ ਨਿੱਕੀ ਜਿਹੀ ਡਿਕਟੇਸ਼ਨ ਵੀ ਤੁਹਾਨੂੰ ਲੈਂਥੀ ਲੱਗਣ ਲੱਗ ਪੈਣੀ ਆ ਜਿਹੜੇ ਬੱਚੇ 1.2 ਦੀ ਸਪੀਡ ਤੋਂ ਪ੍ਰੈਕਟਿਸ ਕਰਦੇ ਆ 1.5 ਦੀ ਸਪੀਡ ਤੋਂ ਪ੍ਰੈਕਟਿਸ ਕਰਦੇ ਆ ਉਹਨਾਂ ਬੱਚਿਆਂ ਨੇ ਰਿਕੁਐਸਟ ਕਰਦਾ ਵਾ ਵੀ 0.8 ਦੀ ਸਪੀਡ ਤੁਹਾਨੂੰ ਐਗਜ਼ਾਮ 'ਚ ਦਿੱਕਤ ਦੇ ਸਕਦੀ ਆ 0.8 ਦੀ ਸਪੀਡ ਤੋਂ ਪ੍ਰੈਕਟਿਸ ਕਰਨਾ ਸਟਾਰਟ ਕਰ ਦਿਓ ਹੁਣ ਐਕਸੈਂਟ ਦੀ ਗੱਲ ਕਾਫੀ ਬੱਚੇ ਕਰਦੇ ਆ ਵੀ ਐਕਸੈਂਟਸ ਦੇ ਵਿੱਚ ਸਾਨੂੰ ਕਾਫੀ ਪ੍ਰੋਬਲਮ ਆਉਂਦੀ ਆ ਐਕਸੈਂਟ ਐਗਜ਼ਾਮ 'ਚ ਕਿੱਦਾਂ ਦੇ ਆ ਸਕਦੇ ਆ ਤੇ ਕਿਹੜੀਆਂ ਚੀਜ਼ਾਂ 'ਚ ਆ ਸਕਦੇ ਆ ਰੀਟਾ ਲੈਕਚਰ ਦੇ ਵਿੱਚ ਤੁਹਾਨੂੰ ਐਕਸੈਂਟ ਦੇਖਣ ਨੂੰ ਮਿਲ ਸਕਦਾ ਲਿਸਨਿੰਗ ਦੀ ਸਮਰੀ ਦੇ ਵਿੱਚ ਤੁਹਾਨੂੰ ਐਕਸੈਂਟ ਦੇਖਣ ਨੂੰ ਮਿਲ ਸਕਦਾ ਲਿਸਨਿੰਗ ਬਲੈਂਕਸਿਸ ਦੇ ਵਿੱਚ ਐਕਸੈਂਟ ਦੇਖਣ ਨੂੰ ਮਿਲ ਸਕਦਾ ਵਾ ਐਂਡ ਹਾਈਲਾਈਟਿੰਗ ਕਰੈਕਟ ਦੇ ਵਿੱਚ ਐਕਸੈਂਟ ਦੇਖਣ ਨੂੰ ਮਿਲ ਸਕਦਾ ਇਹ ਚਾਰ ਚੀਜ਼ਾਂ ਇਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਐਗਜ਼ਾਮ ਦੇ ਵਿੱਚ ਐਕਸੈਂਟ ਯੂਜ਼ ਹੁੰਦੇ ਆ ਤਾਂ ਬਹੁਤ ਹੀ ਗੰਦੇ ਐਕਸੈਂਟ ਯੂਜ਼ ਹੁੰਦੇ ਆ ਦੋ ਚੀਜ਼ਾਂ ਟੌਪ ਦੀਆਂ ਨੇ ਜਿਨ੍ਹਾਂ ਵਿੱਚ ਤਾਂ 100 ਚੋਂ 100% ਹੁੰਦੇ ਹੀ ਹੁੰਦੇ ਆ ਲਿਸਨਿੰਗ ਦੀ ਬਲੈਂਕਸਿਸ ਦੇ ਵਿੱਚ ਆਲਵੇਜ਼ ਹੋਣਗੇ ਹੋਣਗੇ ਐਂਡ ਹਾਈਲਾਈਟਿੰਗ ਕਰੈਕਟ ਵਰਡ ਦੇ ਵਿੱਚ ਆਲਵੇਜ਼ ਹੋਣਗੇ ਹੋਣਗੇ ਹੁਣ ਐਕਸੈਂਟਸ ਦੀ ਪ੍ਰੈਕਟਿਸ ਕਿੱਥੋਂ ਕਰੀਏ ਕਿੱਥੋਂ ਐਕਸੈਂਟਸ ਦੀ ਪ੍ਰੈਕਟਿਸ ਕੀਤੀ ਜਾਵੇ ਜੋ ਸਾਨੂੰ ਇਹ ਐਕਸੈਂਟ ਡਿਫਿਕਲਟ ਨਾ ਲੱਗਣ ਸਭ ਤੋਂ ਪਹਿਲੀ ਚੀਜ਼ ਆ ਤੇ ਆਲਵੇਜ਼ ਯੂਜ਼ ਹੋਣ ਵਾਲੀ ਚੀਜ਼ ਆ ਮੈਥਡ ਵਧੀਆ ਵਾ ਉਹ ਹੈਗੀ ਆ ਟੈਡ ਟਾਕ ਕਾਫੀ ਬੱਚਿਆਂ ਨੂੰ ਟੈਡ ਟਾਕ ਦੇ ਬਾਰੇ ਪਤਾ ਨਹੀਂਗਾ ਯੂਟਿਊਬ ਤੇ ਜਾ ਕੇ ਫਿਲ ਕਰਿਓ TED TALK ਟੈਡ ਟਾਕ ਜਿਹੜੀ ਆ ਉਹਨੂੰ ਫਿਲ ਕਰਿਓ ਉਹ ਟੈਡ ਟਾਕ ਜਿਹੜੀ ਆ ਉਹ ਤੁਹਾਨੂੰ ਐਕਸੈਂਟ ਇੰਨਾ ਕਿ ਇੰਪਰੂਵ ਕਰ ਦੂਗੀ ਡੇਲੀ ਦੀ ਇੱਕ ਵੀਡੀਓ ਜਿਹੜੀ ਆ ਉਹ ਸੌਲੀ ਸਟਾਰਟ ਕਰਿਓ ਟੈਡ ਟਾਕ ਜਿਹੜਾ ਹੁੰਦਾ ਨਾ ਉਹ ਗੋਰੇ ਸਟੇਜ ਤੇ ਕਿਹੜੇ ਕੋਈ ਲੈਕਚਰ ਦਿੰਦੇ ਪਏ ਹੁੰਦੇ ਆ ਜਾਂ ਇੰਟਰਵਿਊ ਕਿਸੇ ਨਾਲ ਕਰਦੇ ਪਏ ਹੁੰਦੇ ਆ ਉਹ ਜਿਵੇਂ ਤੁਹਾਡੀ ਰਿਕਾਰਡਿੰਗਾਂ ਹੁੰਦੀਆਂ ਨੇ ਨਾ ਉਹ ਉੱਥੋਂ ਹੀ ਬਣਦੀਆਂ ਨੇ ਉਹ ਬਹੁਤ ਵਧੀਆ ਮੈਥਡ ਆ ਉਹ ਤੁਹਾਡੀ ਇੰਪਰੂਵਮੈਂਟ ਕਰਨ ਦਾ ਜਿੰਨੇ ਮੇਰੇ ਬੱਚੇ ਐਗਜ਼ਾਮ 'ਚੋਂ ਬੈਸਟ ਸਕੋਰਿੰਗ ਲੈ ਕੇ ਆਉਂਦੇ ਪਏ ਆ ਐਕਸੈਂਟ ਆਪਣਾ ਉੱਥੋਂ ਇੰਪਰੂਵ ਕਰਦੇ ਪਏ ਕਿਉਂਕਿ ਅਮੈਰੀਕਨ ਬ੍ਰਿਟਿਸ਼ ਐਕਸੈਂਟਸ ਉੱਥੇ ਬਹੁਤ ਸਾਰੀਆਂ ਇੰਟਰਵਿਊਜ਼ ਹੁੰਦੀਆਂ ਨੇ ਸੋ ਉੱਥੇ ਵੱਧ ਤੋਂ ਵੱਧ ਇੰਟਰਵਿਊਜ਼ ਜਿਹੜੀਆਂ ਨੇ ਸੁਣਿਆ ਕਰੋ ਵੱਧ ਤੋਂ ਵੱਧ ਸੁਣਿਆ ਕਰੋ ਕਿਉਂਕਿ ਉਹ ਇੰਟਰਵਿਊ ਜ਼ਿਆਦਾ ਵੱਡੀਆਂ ਵੀ ਨਹੀਂ ਹੁੰਦੀਆਂ 15-15-20-20 ਮਿੰਟਾਂ ਦੀਆਂ ਹੁੰਦੀਆਂ ਨੇ ਉਹ ਤੁਹਾਡਾ ਐਕਸੈਂਟ ਇੰਨਾ ਕਿ ਇੰਪਰੂਵ ਕਰ ਦੇਣਗੀਆਂ ਕਿ ਤੁਹਾਡੇ ਐਕਸੈਂਟ ਦੇ ਵਿੱਚੋਂ ਮਾਰਕਸ ਜਿਹੜੇ ਉਹ ਕਦੇ ਵੀ ਘੱਟ ਨਹੀਂ ਆਉਣਗੇ ਇਹਨਾਂ ਦੋਵਾਂ ਚੀਜ਼ਾਂ ਦੀ ਦੱਬ ਕੇ ਪ੍ਰੈਕਟਿਸ ਕਰਨੀ ਸਟਾਰਟ ਕਰ ਦਿਓ ਤੇ ਤੁਹਾਡੇ ਐਗਜ਼ਾਮ ਦੇ ਵਿੱਚ ਕਦੇ ਵੀ ਕਿਸੇ ਬੱਚੇ ਦੇ ਸਕੋਰ ਜਿਹੜੇ ਆ ਉਹ ਘੱਟ ਨਹੀਂ ਆਉਣਗੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਕੇ ਦੋਸਤ ਮਿੱਤਰਾਂ ਸ਼ੇਅਰ ਕਰ ਦਿਓ ਜਿੰਨੀ ਵੀ ਕਨਫਿਊਜ਼ਨ ਉਹਨਾਂ ਨੂੰ ਆ ਸਪੀਡ ਨੂੰ ਲੈ ਕੇ ਐਕਸੈਂਟ ਨੂੰ ਲੈ ਕੇ ਉਹ ਤੁਹਾਡੀ ਕਲੀਅਰ ਹੋ ਜਾਊਗੀ ਤੇ ਜਿਹੜੇ ਬੱਚੇ ਨੇ ਸਬਸਕ੍ਰਾਈਬ ਨਹੀਂ ਕੀਤਾ ਸੋ ਗੁਰਵਿੰਦਰ ਪੀੜੀ ਦਾ ਚੈਨਲ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਨੋਟੀਫਿਕੇਸ਼ਨ ਬੈਲ ਆਨ ਕਰ ਦਿਓ ਕਿਉਂਕਿ ਆਉਣ ਵਾਲੀ ਜਿਹੜੀ ਵੀਡੀਓ ਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਿਆ ਕਰੂਗੀ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਮੈਂਸ਼ਨ ਆ ਤੁਸੀਂ WhatsApp ਤੇ ਕਾਲ ਮੈਸੇਜ ਕਰਕੇ ਆਨਲਾਈਨ ਕਲਾਸਿਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰ ਸਕਦੇ ਹੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ